WhatsApp ਆਪਣੇ ਯੂਜ਼ਰਸ ਨੂੰ ਬਹੁਤ ਸਾਰੇ ਨਵੇਂ ਫੀਚਰਸ ਦੇ ਰਿਹਾ, ਜਿਸ ਦੇ ਵਿੱਚ WhatsApp 'ਤੇ ਚੈਟ ਕਰਨਾ ਕਾਫੀ ਜ਼ਿਆਦਾ ਆਸਾਨ ਹੋ ਗਿਆ। ਅਤੇ ਉੱਥੇ ਹੀ ਹੁਣ WhatsApp 'ਤੇ ਤੁਸੀਂ ਚੈਟ ਕਰੋਗੇ, ਉਹ ਤਾਂ ਚੈਟ ਕਰਨ ਦੇ ਲਈ ਫੀਚਰ ਜਿਹੜੇ ਨੇ ਜਿਹੜੇ ਤੁਹਾਨੂੰ WhatsApp ਨਵੇਂ ਇੰਟਰੋਡਿਊਸ ਕਰ ਰਿਹਾ, ਉਹਨਾਂ ਨਾਲ ਚੈਟ ਕਰਨਾ ਤਾਂ ਆਸਾਨ ਹੋਇਆ ਹੀ ਹੋਇਆ, ਪਰ ਹੁਣ WhatsApp 'ਤੇ ਚੈਟ ਕਰਦੇ ਕਰਦੇ ਤੁਹਾਡੀ ਜਨਰਲ ਨੌਲੇਜ ਦੇ ਵਿੱਚ ਵੀ ਵਾਧਾ ਹੋ ਸਕਦਾ। ਉਹ ਕਿਵੇਂ, ਤੁਹਾਨੂੰ ਦੱਸਦੇ ਹਾਂ ਕਿ WhatsApp ਦੇ ਵੱਲੋਂ ਨਵਾਂ ਫੀਚਰ ਲਾਂਚ ਕਰ ਦਿੱਤਾ ਗਿਆ ਹੈ, ਮੈਟਾ AI ਫੀਚਰ। ਜੀ ਹਾਂ, ਹੁਣ AI ਦਾ ਫੀਚਰ WhatsApp 'ਤੇ ਵੀ ਅਵੇਲੇਬਲ ਹੋ ਚੁੱਕਾ ਹੈ। ਅਤੇ ਜੇਕਰ ਤੁਸੀਂ ਕੁਝ ਵੀ ਸਰਚ ਕਰਨਾ WhatsApp 'ਤੇ, ਜੇਕਰ ਤੁਹਾਨੂੰ ਕਿਸੇ ਨੇ ਕੋਈ ਅਜਿਹਾ ਵਰਡ ਕਹਿ ਦਿੱਤਾ ਇੰਗਲਿਸ਼ ਦਾ ਜਾਂ ਪੰਜਾਬੀ ਦਾ, ਕੋਈ ਵੀ ਵਰਡ ਅਜਿਹਾ ਕਹਿ ਦਿੱਤਾ ਜਿਸਦਾ ਮਤਲਬ ਤੁਹਾਨੂੰ ਨਹੀਂ ਪਤਾ, ਤੁਸੀਂ WhatsApp AI 'ਤੇ ਜਾ ਕੇ ਚੈਟ ਕਰ ਸਕਦੇ ਹੋ। ਉੱਥੇ ਤੁਸੀਂ ਸਿਰਫ ਉਹ ਵਰਡ ਲਿਖਣਾ, ਅੱਗੇ ਉਸਦਾ ਸਾਰਾ ਮਤਲਬ ਜਿਹੜਾ ਉਹ ਤੁਹਾਨੂੰ ਉੱਥੇ WhatsApp ਦਾ ਜਿਹੜਾ ਮੈਟਾ AI ਆਪਸ਼ਨ ਹੈ ਉਹ ਤੁਹਾਨੂੰ ਸਾਰਾ ਮਤਲਬ ਸਮਝਾ ਦੇਗਾ। ਅਤੇ ਇਸ ਦੇ ਨਾਲ ਨਾਲ ਜਿੰਨੀ ਕੋਈ ਇਨਫੋਰਮੇਸ਼ਨ ਖੁਦ ਪ੍ਰੋਵਾਈਡ ਕਰ ਸਕਦੇ ਨੇ ਉਹ ਖੁਦ ਪ੍ਰੋਵਾਈਡ ਕਰਨਗੇ, ਅਤੇ ਉਸ ਤੋਂ ਬਾਅਦ ਬਾਕੀ ਇਨਫੋਰਮੇਸ਼ਨ ਦੇ ਲਈ ਵਿਕੀਪੀਡੀਆ ਦਾ ਲਿੰਕ ਵੀ ਉਹ ਤੁਹਾਨੂੰ ਆਪਣੇ ਆਪ ਜਿਹੜਾ ਲੱਭ ਕੇ ਦੇ ਦੇਣਗੇ, ਤਾਂ ਕਿ ਅੱਗੇ ਦੀ ਇਨਫੋਰਮੇਸ਼ਨ ਤੁਸੀਂ ਉੱਥੇ ਜਾ ਕੇ ਲੱਭ ਸਕੋ। ਅਤੇ ਇਸ ਦੇ ਨਾਲ ਨਾਲ WhatsApp ਦਾ AI ਫੀਚਰ ਹੈ ਜਿਹੜਾ, ਜਦੋਂ ਤੁਸੀਂ ਉੱਥੇ ਜਾਓਗੇ WhatsApp ਦੇ AI ਫੀਚਰ 'ਤੇ ਕਲਿੱਕ ਕਰੋਗੇ, ਜੋ ਕਿ ਤੁਹਾਡੇ ਉੱਪਰ ਜਿਹੜਾ ਬਾਰ ਹੁੰਦਾ ਉਹਦੇ ਉੱਪਰ ਇੱਕ ਬਲੂ ਕਲਰ ਦਾ ਸਰਕਲ ਹੈ, ਉੱਥੇ ਤੁਸੀਂ ਕਲਿੱਕ ਕਰੋਗੇ ਉਹ ਤੁਹਾਡਾ WhatsApp ਦਾ ਮੈਟਾ AI ਵਰਜ਼ਨ ਹੋਏਗਾ, ਮੈਟਾ AI ਆਪਸ਼ਨ ਹੋਏਗਾ। ਉਸਨੂੰ ਤੁਸੀਂ ਕਲਿੱਕ ਕਰਤਾ, ਕਲਿੱਕ ਕਰਨ ਤੋਂ ਬਾਅਦ ਫਿਰ ਇੱਕ ਨੋਰਮਲ ਚੈਟ ਬਾਕਸ ਓਪਨ ਹੋ ਜਾਏਗਾ। ਅਤੇ ਜਦੋਂ ਚੈਟ ਬਾਕਸ ਓਪਨ ਹੋਏਗਾ ਤਾਂ ਉੱਥੇ ਤੁਹਾਨੂੰ ਬਹੁਤ ਸਾਰੇ ਜਿਹੜੇ ਟ੍ਰੈਂਡਿੰਗ ਟੋਪਿਕਸ ਨੇ ਜੋ ਕਿ ਪੂਰੇ ਵਰਲਡ ਦੇ ਵਿੱਚ ਕਾਫੀ ਜ਼ਿਆਦਾ ਟ੍ਰੈਂਡ ਕਰ ਰਹੇ ਹੋਣਗੇ, ਉਹ ਤੁਹਾਨੂੰ ਸ਼ੋਅ ਵੀ ਹੋਣਗੇ। ਅਤੇ ਇਹਨਾਂ ਸਭ ਟ੍ਰੈਂਡਿੰਗ ਟੋਪਿਕਸ ਦੇ ਵਿੱਚ ਜਿਹੜਾ ਹਾਲ ਫਿਲਹਾਲ ਦੇ ਵਿੱਚ ਕਾਫੀ ਜ਼ਿਆਦਾ ਟ੍ਰੈਂਡਿੰਗ ਟੋਪਿਕ ਚੱਲ ਰਿਹਾ ਉਹ ਹੈ T20 ਵਰਲਡ ਕੱਪ। ਜੀ ਹਾਂ, T20 ਵਰਲਡ ਕੱਪ ਟੋਪਿਕ ਕਾਫੀ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ। ਉੱਥੇ ਹੀ ਮੈਚ ਦੀਆਂ ਅਪਡੇਟਸ ਜਾਣਨ ਦੇ ਲਈ ਲੋਕ ਇਹਨਾਂ ਚੀਜ਼ਾਂ ਨੂੰ ਗੂਗਲ 'ਤੇ ਜਾਂ ਹੋਰ ਵੀ ਕਈ ਥਾਵਾਂ 'ਤੇ ਸਰਚ ਕਰਦੇ ਨੇ, ਅਤੇ ਫਿਰ ਇਹ ਆਪਸ਼ਨ WhatsApp ਦੇ ਮੈਟਾ AI ਵੀ ਸ਼ੋਅ ਕਰ ਰਿਹਾ। ਅਤੇ ਜੇਕਰ ਤੁਸੀਂ ਕੋਈ ਵੀ ਮੈਚ ਦੀ ਅਪਡੇਟ ਜਾਂ ਵਰਲਡ ਕੱਪ ਨੂੰ ਲੈ ਕੇ T20 ਵਰਲਡ ਕੱਪ ਨੂੰ ਲੈ ਕੇ ਕੋਈ ਵੀ ਅਪਡੇਟ ਜਾਣਨਾ ਚਾਹੁੰਦੇ ਹੋ ਤਾਂ ਤੁਸੀਂ ਇਹਦੇ 'ਤੇ ਵੀ ਜਾਣ ਸਕਦੇ ਹੋ। ਹਾਲ ਫਿਲਹਾਲ ਦੀ ਹੁਣ ਇਹ ਅਪਡੇਟ ਸੀ, ਇਹ ਹਾਲ ਫਿਲਹਾਲ ਦਾ ਜਿਹੜਾ ਟ੍ਰੈਂਡਿੰਗ ਟੋਪਿਕ ਸੀ ਉਹ ਇਹ ਸੀ, ਪਰ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਹੋਰ ਵੀ ਟ੍ਰੈਂਡਿੰਗ ਟੋਪਿਕ ਹੋਏਗਾ ਉਹ ਇਹਦੇ 'ਤੇ ਸ਼ੋਅ ਹੋਏਗਾ। ਅਤੇ ਇਸ ਦੇ ਨਾਲ ਨਾਲ WhatsApp ਦਾ AI ਫੀਚਰ ਤੁਹਾਨੂੰ ਹੋਰ ਵੀ ਕਾਫੀ ਜ਼ਿਆਦਾ ਫਾਇਦੇ ਜਿਹੜਾ ਪਹੁੰਚਾ ਸਕਦਾ, ਅਤੇ ਇਸ ਦਾ ਫਾਇਦਾ ਸਟੂਡੈਂਟਸ ਨੂੰ ਵੀ ਕਾਫੀ ਜ਼ਿਆਦਾ ਹੋਏਗਾ, ਕਿਉਂਕਿ ਜਿਵੇਂ ਸਟੂਡੈਂਟਸ ਦੇ ਜਿਹੜੇ ਗਰੁੱਪਸ ਨੇ, ਸਕੂਲ ਗਰੁੱਪਸ ਹੋਣ, ਕਾਲਜ ਗਰੁੱਪਸ ਹੋਣ ਜਾਂ ਫਰੈਂਡਸ ਗਰੁੱਪ ਹੋਣ, ਉਹਨਾਂ ਦੇ ਵਿੱਚ ਆਪਣਾ ਸਟੱਡੀ ਮਟੀਰੀਅਲ ਸ਼ੇਅਰ ਕਰਦੇ ਨੇ, ਅਤੇ ਪੜ੍ਹਨ ਦੇ ਵਿੱਚ ਉਹਨਾਂ ਨੂੰ ਬਹੁਤ ਸਾਰੇ ਅਜਿਹੇ ਟੋਪਿਕਸ ਹੁੰਦੇ ਨੇ ਜੋ ਕਿ ਉਹ ਗੂਗਲ 'ਤੇ ਜਾ ਕੇ ਸਰਚ ਕਰਦੇ ਨੇ ਜਾਂ ChatGPT 'ਤੇ ਜਾ ਕੇ ਸਰਚ ਕਰਦੇ ਨੇ, ਤਾਂ ਕਿ ਉਹਨਾਂ ਦਾ ਮਤਲਬ ਉਹਨਾਂ ਨੂੰ ਆਸਾਨੀ ਦੇ ਨਾਲ ਸਮਝ ਆ ਸਕੇ। ਅਤੇ ਹੁਣ ਉਹਨਾਂ ਨੂੰ ਗੂਗਲ 'ਤੇ ਜਾ ਕੇ ਜਾਂ ChatGPT 'ਤੇ ਜਾ ਕੇ ਸਰਚ ਕਰਨ ਦੀ ਕੋਈ ਲੋੜ ਨਹੀਂ ਹੈ, ਉਹ WhatsApp 'ਤੇ ਹੀ ਸਰਚ ਕਰ ਸਕਦੇ ਨੇ। ਉਹਨਾਂ ਨੇ ਸਿਰਫ ਉਹ ਟੋਪਿਕ ਦਾ ਨਾਮ ਭਰਨਾ, ਅਤੇ ਬਾਕੀ ਅੱਗੇ ਦੀ ਸਾਰੀ ਇਨਫੋਰਮੇਸ਼ਨ ਉਹਨਾਂ ਨੂੰ WhatsApp 'ਤੇ ਹੀ ਮਿਲ ਜਾਏਗੀ। ਅਤੇ ਜਿੰਨੀ ਕੁ ਇਨਫੋਰਮੇਸ਼ਨ WhatsApp ਦੇਵੇਗਾ, ਬਾਕੀ ਉਹ ਵਿਕੀਪੀਡੀਆ ਦਾ ਲਿੰਕ ਦੇ ਦੇਵੇਗਾ, ਜੋ ਕਿ ਅਸੀਂ ਪਹਿਲਾਂ ਵੀ ਦੱਸ ਚੁੱਕੇ ਹਾਂ। ਅਤੇ ਉਸ ਤੋਂ ਬਾਅਦ ਤੁਹਾਨੂੰ ਦੱਸਦੇ ਹਾਂ ਕਿ ਜੇਕਰ ਤੁਹਾਡੇ ਫੋਨ 'ਤੇ WhatsApp AI ਦਾ ਵਰਜ਼ਨ ਹਜੇ ਤੱਕ ਨਹੀਂ ਆਇਆ, ਤਾਂ ਤੁਸੀਂ ਕੀ ਕਰਨਾ ਕਿ ਤੁਹਾਡੇ ਫੋਨ 'ਤੇ ਵੀ WhatsApp AI ਜਿਹੜਾ ਮੈਟਾ ਦਾ ਆਪਸ਼ਨ ਹੈ ਜਿਹੜਾ WhatsApp ਨੇ ਅਵੇਲੇਬਲ ਕਰਵਾਇਆ ਤੁਹਾਡੇ ਫੋਨ 'ਤੇ ਨਹੀਂ ਸ਼ੋਅ ਹੋ ਰਿਹਾ, ਉਸਦੇ ਲਈ ਤੁਸੀਂ ਕੀ ਕਰ ਸਕਦੇ ਹੋ? ਉਸਦੇ ਲਈ ਤੁਸੀਂ ਸਭ ਤੋਂ ਪਹਿਲਾਂ ਐਪ ਸਟੋਰ 'ਤੇ ਜਾ ਕੇ ਚੈੱਕ ਕਰਨਾ ਕਿ ਤੁਹਾਡਾ WhatsApp ਅਪਡੇਟ ਹੋਇਆ ਹੈ ਕਿ ਨਹੀਂ। ਅਤੇ ਉੱਥੇ ਅਪਡੇਟ ਦੀ ਆਪਸ਼ਨ ਆ ਰਹੀ ਹੋਏਗੀ, ਤੁਸੀਂ ਆਪਣੇ WhatsApp ਨੂੰ ਨਾਲ ਦੀ ਨਾਲ ਅਪਡੇਟ ਕਰ ਲੈਣਾ, ਅਤੇ ਅਪਡੇਟ ਹੋਣ ਤੋਂ ਬਾਅਦ ਤੁਹਾਡੇ ਫੋਨ 'ਤੇ ਆਪਸ਼ਨ ਜਿਹੜਾ ਸ਼ੋਅ ਹੋਣਾ ਸ਼ੁਰੂ ਹੋ ਜਾਵੇਗਾ। ਪਰ ਜੇ ਉਸ ਤੋਂ ਬਾਅਦ ਵੀ ਨਹੀਂ ਹੁੰਦਾ, ਤਾਂ ਜਦੋਂ ਤੁਸੀਂ ਐਪ ਸਟੋਰ 'ਤੇ ਜਾ ਰਹੇ ਹੋ, ਐਪ ਸਟੋਰ 'ਤੇ ਜਾਣਾ, ਅਤੇ ਉਸ ਤੋਂ ਬਾਅਦ ਜਦੋਂ ਤੁਸੀਂ ਸਕਰੋਲ ਡਾਊਨ ਕਰੋਗੇ WhatsApp ਦਾ ਆਪਸ਼ਨ ਖੋਲ੍ਹ ਕੇ, ਤਾਂ ਨੀਚੇ ਇੱਕ ਐਪ ਸਪੋਰਟ ਦਾ ਆਪਸ਼ਨ ਹੈ, ਤਾਂ ਐਪ ਸਪੋਰਟ ਦੇ ਆਪਸ਼ਨ 'ਤੇ ਤੁਸੀਂ ਕਲਿੱਕ ਕਰੋਗੇ ਤਾਂ ਤੁਹਾਨੂੰ ਅੱਗੇ ਆਪਸ਼ਨ ਸ਼ੋਅ ਹੋਣਗੀਆਂ ਜਿੱਥੇ ਕਿ ਈਮੇਲ ਦੀ ਆਪਸ਼ਨ ਸ਼ੋਅ ਹੋਏਗੀ। ਤੁਸੀਂ ਉਸ ਈਮੇਲ 'ਤੇ ਕਲਿੱਕ ਕਰਨਾ, ਅਤੇ WhatsApp ਨੂੰ ਤੁਸੀਂ ਇੱਕ ਈਮੇਲ ਪਾਉਣੀ ਹੈ ਜਿਸ ਦੇ ਵਿੱਚ ਤੁਸੀਂ ਤੁਹਾਨੂੰ ਅਸੀਂ ਪੂਰਾ ਇੱਕ ਜਿਹੜਾ ਪੈਰਾਗ੍ਰਾਫ ਹੈ ਉਹ ਦੱਸ ਰਹੇ ਕਿ ਤੁਸੀਂ ਕੀ ਲਿਖਣਾ। ਅਤੇ ਉਸਦੇ ਵਿੱਚ ਤੁਸੀਂ ਸਬਜੈਕਟ ਦੇ ਵਿੱਚ ਆ ਕੇ ਇਹ ਲਿਖੋਗੇ ਕਿ WhatsApp AI
ਨੋਟ ਅਵੇਲੇਬਲ, ਅਤੇ ਉਸ ਤੋਂ ਬਾਅਦ ਤੁਸੀਂ ਸਬਜੈਕਟ ਦੇ ਵਿੱਚ ਇਹ ਲਿਖਤਾ, ਫਿਰ ਉਸ ਤੋਂ ਬਾਅਦ ਤੁਸੀਂ ਈਮੇਲ ਟਾਈਪ ਕਰਨੀ ਹੈ ਜਿਸਦੇ ਵਿੱਚ ਤੁਸੀਂ ਸੇਮ ਚੀਜ਼ ਲਿਖਣੀ ਹੈ ਕਿ ਵਟਸਐਪ AI ਦਾ ਜਿਹੜਾ ਆਪਸ਼ਨ ਹੈ ਉਹ ਤੁਹਾਡੇ ਕੋਲ ਅਵੇਲੇਬਲ ਨਹੀਂ ਹੋ ਰਿਹਾ, ਅਤੇ ਉਸ ਤੋਂ ਬਾਅਦ ਨੀਚੇ ਤੁਸੀਂ ਆਪਣਾ ਮੋਬਾਈਲ ਨੰਬਰ ਵੀ ਮੈਨਸ਼ਨ ਕਰੋਗੇ ਜਿਸ 'ਤੇ ਤੁਹਾਡਾ ਵਟਸਐਪ ਅਕਾਊਂਟ ਹੋਵੇਗਾ। ਜੀ ਹਾਂ, ਜਿਹੜੇ ਵੀ ਤੁਹਾਡੇ ਫੋਨ 'ਤੇ ਵਟਸਐਪ ਦਾ ਅਕਾਊਂਟ ਚੱਲ ਰਿਹਾ ਉਹ ਤੁਸੀਂ ਨੰਬਰ ਮੈਨਸ਼ਨ ਕਰ ਦੋਗੇ, ਈਮੇਲ ਸੈਂਡ ਕਰ ਦੋਗੇ, ਅਤੇ ਉਸ ਤੋਂ ਬਾਅਦ ਜੋ ਤੁਸੀਂ ਈਮੇਲ ਸੈਂਡ ਕਰ ਦਿੱਤੀ ਤਾਂ ਉਸ ਤੋਂ ਬਾਅਦ ਇੱਕ ਵਾਰ ਤੁਸੀਂ ਚੈੱਕ ਜ਼ਰੂਰ ਕਰ ਲੈਣਾ ਕਿ ਤੁਹਾਡੀ ਈਮੇਲ ਉਹਨਾਂ ਤੱਕ ਪਹੁੰਚੀ ਹੈ ਜਾਂ ਨਹੀਂ। ਸੈਂਡ ਦੇ ਆਪਸ਼ਨ ਦੇ ਵਿੱਚ ਜਾ ਕੇ ਤੁਸੀਂ ਇਹ ਚੈੱਕ ਕਰ ਸਕਦੇ ਹੋ ਕਿ ਤੁਹਾਡੀ ਈਮੇਲ ਜਿਹੜੀ ਉਹ ਡਿਲੀਵਰ ਹੋ ਚੁੱਕੀ ਹੈ ਜਾਂ ਨਹੀਂ, ਅਤੇ ਜਿੱਦਾਂ ਹੀ ਤੁਹਾਡੀ ਈਮੇਲ ਡਿਲੀਵਰ ਹੋਏਗੀ ਤਾਂ 1-2 ਦਿਨ ਦੇ ਵਿੱਚ ਤੁਹਾਡੇ ਵਟਸਐਪ 'ਤੇ AI ਦਾ ਆਪਸ਼ਨ ਜਿਹੜਾ ਉਹ ਅਵੇਲੇਬਲ ਹੋਣਾ ਸ਼ੁਰੂ ਹੋ ਜਾਏਗਾ। ਜੀ ਹਾਂ, ਵਟਸਐਪ ਲਗਾਤਾਰ ਆਪਣੇ ਯੂਜ਼ਰਸ ਨੂੰ ਕਾਫੀ ਜ਼ਿਆਦਾ ਅਪਡੇਟਸ ਜਿਹੜੇ ਉਹ ਦੇ ਰਿਹਾ, ਜਿਸ ਦੇ ਵਿੱਚ ਕਾਫੀ ਜ਼ਿਆਦਾ ਆਪਸ਼ਨ ਜਿਹੜੇ ਆ ਵਟਸਐਪ ਨੇ ਦਿੱਤੇ ਹੈ, ਜਿਸ ਦੇ ਵਿੱਚ HD ਇਮੇਜ ਸ਼ੇਅਰ ਕਰਨ ਦਾ ਆਪਸ਼ਨ ਹੋ ਗਿਆ, ਅਤੇ ਉਸ ਤੋਂ ਬਾਅਦ ਬਹੁਤ ਸਾਰੇ ਗਰੁੱਪ ਕਾਲਸ ਦਾ ਆਪਸ਼ਨ ਜਿਹੜਾ ਉਹ ਵਟਸਐਪ ਨੇ ਦਿੱਤਾ, ਅਤੇ ਉਸ ਤੋਂ ਬਾਅਦ ਹੋਰ ਵੀ ਬਹੁਤ ਸਾਰੇ ਫੀਚਰਸ ਨੇ ਜਿਵੇਂ ਕਿ ਐਂਡ ਟੂ ਐਂਡ ਇਨਸਕ੍ਰਿਪਸ਼ਨ ਦੇ ਵਿੱਚ ਜਿਹੜਾ ਆਇਆ ਕਿ ਚੈਟ ਲੌਕ ਤੁਸੀਂ ਕਰ ਸਕਦੇ ਹੋ, ਆਪਣੀ ਚੈਟ ਜਿਹੜੀ ਹੈ ਉਸਨੂੰ ਸਿਕਿਓਰ ਰੱਖ ਸਕਦੇ ਹੋ ਤਾਂ ਕਿ ਕੋਈ ਦੂਜਾ ਬੰਦਾ ਤੁਹਾਡੀ ਚੈਟ ਨਾ ਪੜ੍ਹ ਲਵੇ। ਤਾਂ ਹੁਣ ਇਸ ਦੇ ਨਾਲ ਨਾਲ ਵਟਸਐਪ ਮੈਟਾ AI ਦਾ ਵਰਜ਼ਨ ਵੀ ਹੁਣ ਤੁਹਾਨੂੰ ਮਿਲ ਚੁੱਕਿਆ। ਵਟਸਐਪ 'ਤੇ ਹੁਣ ਤੁਸੀਂ AI ਦੇ ਨਾਲ ਗੱਲ ਕਰ ਸਕਦੇ ਹੋ, ਆਪਣੀ ਕੋਈ ਵੀ ਜਿਹੜੀ ਤੁਹਾਨੂੰ ਚੀਜ਼ ਦੀ ਜਾਣਕਾਰੀ ਚਾਹੀਦੀ ਹੈ ਵਟਸਐਪ 'ਤੇ ਹੀ ਤੁਹਾਨੂੰ ਮਿਲ ਸਕਦੀ ਹੈ। ਤੁਹਾਨੂੰ ਸਾਡੀ ਇਹ ਵੀਡੀਓ ਕਿਹੋ ਜਿਹੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ, ਅਤੇ ਅਜਿਹੀ ਹੋਰ ਅਪਡੇਟਸ ਦੇ ਲਈ ਵੇਖਦੇ ਰਹੋ PTC ਦਾ ਟੈਕ ਟ੍ਰਿਕਸ।